केंद्र के काले कानूनों के खिलाफ हर थां ते प्रदर्शन हो रहा है। अज कोटली सूरतमली विच कामरेड उदोवाली की अगवाई विच किसानों ने ध्यानपुर विच चक्का जाम करदिया मोदी का पुतला फूकिया है। इन्हां दा कहना है कि वह हर हालत विच इन्हां कानूनों नूं वापस करवा के रहणगे। सदे ते पूरे हिंदुस्तान दे विच मोदी दा पुतला जिहड़ा ਉਹ ਫੂਕਿਆ ਇਸ ਗੱਲ ਲਈ ਫੂਕਿਆ ਕਿ ਮੋਦੀ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਜਿਹੜੇ ਲੋਕ ਦਿੱਲੀ ਦੇ ਵਿੱਚ ਬੈਠੇ ਨੇ ਉਹ ਇਕੱਲੇ ਨਹੀਂ, ਪੂਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ। ਔਰ ਅਸੀਂ ਮੋਦੀ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਤਿੰਨੇ ਕਾਨੂੰਨ ਹੈ ਉਹ ਵਾਪਸ ਲੈ ਲਾ, ਇਹਦੇ ਵਿੱਚ ਹੀ ਤੇਰਾ ਭਲਾ, ਨਹੀਂ ਤਾਂ ਜੋ ਵੀ ਕੁਝ ਹੋਇਆ ਉਹਦੇ ਲਈ ਜ਼ਿੰਮੇਵਾਰ ਤੂੰ ਹੋਵੇਂਗਾ। ਇਸ ਕਰਕੇ ਮੈਂ ਸਭ ਵੀਰਾਂ ਭਰਾਵਾਂ ਨੂੰ ਬੇਨਤੀ ਕਰਨਾ ਕਿ ਅਗਰ ਮੋਦੀ ਨੇ ਕਾਨੂੰਨ ਵਾਪਸ ਨਾ ਲਏ ਤਾਂ ਸਾਰੇ ਆਪਾਂ ਦਿੱਲੀ ਵੱਲ ਨੂੰ ਕੂਚ ਕਰਾਂਗੇ, ਤਾਂ ਕਿ ਮੋਦੀ ਨੂੰ ਇਸ ਗੱਲ ਦੀ ਸਮਝ ਆ ਜਾਏ ਕਿ ਸਾਰੀ ਦੁਨੀਆ, ਸਾਰਾ ਹਿੰਦੁਸਤਾਨ ਜਿਹੜਾ ਉਹ ਮੇਰੇ ਖਿਲਾਫ ਆ। ਔਰ ਇਹ ਤਿੰਨੇ ਕਾਨੂੰਨ ਜਿਹੜੇ ਕਿਸਾਨੀ ਦੇ ਵਿਰੁੱਧ ਨੇ, ਇਸ ਕਰਕੇ ਅਸੀਂ ਫਿਰ ਦੁਬਾਰਾ ਬੇਨਤੀ ਕਰਨੇ ਆ ਮੋਦੀ ਨੂੰ ਕਿ ਆਪਣੇ ਕਾਨੂੰਨ ਜਿਹੜੇ ਉਹ ਵਾਪਸ ਲੈ ਲਾ। ਇਹਦੇ ਚ ਡੇਰਾ ਬਾਬਾ ਨਾਨਕ ਤੋਂ ਥੋੜ੍ਹੀ ਦੂਰ ਪੈਂਦੇ ਪਿੰਡ ਘੋਨੇਵਾਲ ਦੇ ਸ਼ਹੀਦ ਮਨਿੰਦਰ ਸਿੰਘ ਯੁਵਕ ਸੇਵਾਵਾਂ ਕਲੱਬ ਵੱਲੋਂ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਅਤੇ ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਸਰਹੱਦੀ ਖੇਤਰ ਦੇ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਕਰੀਬ 20 ਕਿਲੋਮੀਟਰ ਦੇ ਖੇਤਰ ਅੰਦਰ ਵਾਕਥੋਨ ਮਾਰਚ ਆਯੋਜਿਤ ਕੀਤੀ ਗਈ। ਇਸ ਮੌਕੇ 'ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਕਰਨ ਲਈ ਆਪਣਾ ਯੋਗਦਾਨ ਪਾ ਰਹੇ ਹਨ। ਸਾਡੀ ਸਾਬਕਾ ਫੌਜੀ ਯੂਨੀਅਨ ਦੀ ਮਾਸਕ ਮੀਟਿੰਗ ਡੇਰਾ ਬਾਬਾ ਨਾਨਕ ਕਮਿਊਨਿਟੀ ਹਾਲ ਵਿਖੇ ਹੋਈ, ਜਿਸ ਵਿੱਚ ਕਾਫੀ ਸੰਗਤ ਨੇ ਸ਼ਮੂਲੀਅਤ ਕੀਤੀ। ਸਾਡੇ ਸਤਿਕਾਰਯੋਗ ਕਰਨਲ ਰੰਧਾਵਾ ਸਾਹਿਬ ਵੀ ਆਏ ਅਤੇ ਹੋਰ ਵੀ ਕਾਫੀ ਸੀਨੀਅਰ ਅਫਸਰ ਜੇ ਸੀ ਓ ਅਦਰ ਰੈਂਕਸ ਵਾਲੇ ਆਏ। ਅਸੀਂ ਮੀਟਿੰਗ ਉਪਰੰਤ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਨ ਵਾਸਤੇ ਆਏ ਹਾਂ ਕਿ ਹੇ ਪਰਮ ਪਿਤਾ ਪਰਮੇਸ਼ੁਰ, ਜਿਹੜੇ ਕਿਸਾਨਾਂ ਦਾ ਅੰਦੋਲਨ ਦਿੱਲੀ ਵਿੱਚ ਚੱਲ ਰਿਹਾ ਹੈ, ਅਸੀਂ ਉਸਦਾ ਸਮਰਥਨ ਕਰੀਏ। ਗੁਰੂ ਨਾਨਕ ਪਾਤਸ਼ਾਹ ਉਹਨਾਂ ਨੂੰ ਹਿੰਮਤ ਬਖਸ਼ਣ ਅਤੇ ਉਹਨਾਂ ਦੇ ਸਿਰ 'ਤੇ ਚੜ੍ਹਦੀਆਂ ਕਲਾ ਵਾਲਾ ਹੱਥ ਰੱਖ ਕੇ ਉਹਨਾਂ ਨੂੰ ਕਾਮਯਾਬੀ ਬਖਸ਼ਣ ਅਤੇ ਉਹ ਫਤਿਹ ਹੋ ਕੇ ਪੰਜਾਬ 'ਚ ਵਾਪਸ ਲੁੱਟਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇਸ ਦੀ ਪਿੰਡ ਘੋਨੇਵਾਲ ਤੋਂ ਯੂਥ ਕਲੱਬ ਦੇ ਨਾਲ ਛੋਟੇ ਛੋਟੇ ਬੱਚੇ ਜਿਹੜੇ ਨੇ ਕਿਸਾਨੀ ਮੁੱਦੇ ਵਾਸਤੇ ਅਸੀਂ ਆਹ ਰੋਡ ਸ਼ੋਅ ਕਰਨ ਡੇ ਜੀ। ਇਹਦੇ ਵਿੱਚ ਜੋ ਵੀ ਕਿਸਾਨਾਂ ਦੇ ਮੁੱਦੇ ਆ, ਛੋਟੇ ਛੋਟੇ ਬੱਚੇ, ਅਸੀਂ ਕਿਸਾਨਾਂ ਦੇ ਨਾਲ ਹਾਂ। ਸਾਨੂੰ ਜਿੱਥੇ ਤਿੱਕਾਂ ਵੀ ਜਾਣਾ ਪਏਗਾ ਅਸੀਂ ਕਿਸਾਨਾਂ ਦੇ ਨਾਲ ਜਾਵਾਂਗੇ। ਸਾਡੇ ਛੋਟੇ ਛੋਟੇ ਬੱਚੇ ਸਾਰਿਆਂ ਦਾ ਧੰਨਵਾਦ ਕਰਦੇ ਨੇ। ਅਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿਵੇਂ ਕਿਸਾਨੀ ਸੰਘਰਸ਼ ਚੱਲ ਰਿਹਾ ਅਤੇ ਇਹ ਸੰਘਰਸ਼ ਦਾ ਲੋਕਾਂ ਨੇ ਪੂਰਨ ਤੌਰ ਦੇ ਉੱਤੇ ਸਮਰਥਨ ਦਿੱਤਾ, ਕੁਝ ਕਿਸਾਨ ਕਾਰੋਬਾਰੀ ਲੋਕ ਜਾਂ ਕੋਈ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਇਹ ਦਿੱਤਾ ਜਾ ਰਿਹਾ, ਤੁਹਾਨੂੰ ਕੀ ਲੱਗਦਾ ਹੈ ਵੀ ਇਹ ਸੰਘਰਸ਼ ਦਾ ਆਪਣਾ ਇੱਧਰ ਦਿਹਾਤੀ ਖੇਤਰ ਅਤੇ ਬਿਲਕੁਲ ਸਰਹੱਦ ਦੇ ਨਾਲ ਲੱਗਦੇ ਪਿੰਡਾਂ ਵਿੱਚ ਕੀ ਅਸਰ ਹੈ? ਸਾਡੇ ਛੋਟੇ ਛੋਟੇ ਬੱਚੇ ਕਹਿ ਰਹੇ ਨੇ ਜੀ, ਦੁੱਕੀ ਤਿੱਕੀ ਚੱਕ ਦਿਆਂਗੇ, ਮੋਦੀ ਦੀ ਧੌਣ 'ਤੇ ਗੋਡਾ ਰੱਖ ਦਿਆਂਗੇ। ਸਾਡੇ ਨਾਲ ਜਾ ਰਹੇ ਨੇ ਨਿੱਕੇ ਨਿੱਕੇ ਬੱਚੇ, ਜੇ ਨਿੱਕੇ ਨਿੱਕੇ ਬੱਚਿਆਂ ਦੀ ਇੰਨੀ ਆਵਾਜ਼ ਆ ਤਾਂ ਵੱਡਿਆਂ ਦੀ ਕਿੰਨੀ ਹੋਏਗੀ। ਇਹ ਸਾਡਾ ਮੁੱਦਾ ਹਰ ਪੱਖੋਂ ਜਿਹੜਾ ਸਿਰੇ ਚੜ੍ਹੇਗਾ ਜੀ।